ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਕੈਂਡੀਡੇਟਸ ਨੇ ਕਮੈਂਟ ਕਰਕੇ ਪੁੱਛਿਆ ਹੈ ਕਿ ਪੰਜਾਬ ਪਟਵਾਰੀ ਦੇ ਪੇਪਰ ਬਾਰੇ ਅਪਡੇਟ ਦੱਸੋ ਕਦੋਂ ਤੱਕ ਇਹ ਪੇਪਰ ਹੋ ਸਕਦਾ ਹੈ ਅਤੇ ਜੋ ਵੀ ਤੁਹਾਡੇ ਡਾਊਟ ਹੈ ਪੇਪਰ ਨਾਲ ਰਿਲੇਟਡ ਉਹਨਾਂ ਸਾਰਿਆਂ ਬਾਰੇ ਮੈਂ ਜੋ ਆਪਣੀ ਰਿਸਰਚ ਕੀਤੀ ਹੈ ਉਸ ਦੇ ਅਕੋਰਡਿੰਗ ਮੈਂ ਦੱਸੂਗਾ ਕਿ ਪੇਪਰ ਕਦੋਂ ਹੋ ਸਕਦਾ ਹੈ ਠੀਕ ਹੈ ਅਤੇ ਇੱਕ ਨਵੀਂ ਗੱਲ ਮੈਨੂੰ ਪਤਾ ਚੱਲੀ ਹੈ ਜੋ ਤੁਹਾਨੂੰ ਸਾਰਿਆਂ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਸਾਰਿਆਂ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਉਹ ਜਿਨ੍ਹਾਂ ਨੇ ਵੀ ਇਹ ਪੇਪਰ ਪੰਜਾਬ ਪਟਵਾਰੀ ਦਾ ਫਿੱਲ ਕੀਤਾ ਹੈ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਵੀ ਤੁਹਾਡੇ ਜਾਣ ਪਛਾਣ ਨੇ ਪੇਪਰ ਫਿਲ ਕੀਤਾ ਹੈ ਠੀਕ ਹੈ ਕਾਫੀ ਮੈਂ ਇਤਨਾ ਰਿਸਰਚ ਕਰਕੇ ਮੈਂ ਵੀਡੀਓ ਬਣਾ ਰਿਹਾ ਹਾਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਸਿਲੇਬਸ ਬਾਰੇ ਜੋ ਕਾਫੀ ਕੈਂਡੀਡੇਟਸ ਨੇ ਕਮੈਂਟ ਕਰਕੇ ਪੁੱਛਿਆ ਕਿ ਸਿਲੇਬਸ ਬਾਰੇ ਦੱਸੋ ਸਿਲੇਬਸ ਹੁਣ ਚੇਂਜ ਹੋਏਗਾ ਜਾਂ ਉਹੀ ਰਹੇਗਾ ਸਿਲੇਬਸ ਤੁਹਾਡਾ ਉਹੀ ਰਹਿਣਾ ਹੈ ਸਿਲੇਬਸ ਵਿੱਚ ਕੋਈ ਵੀ ਚੇਂਜ ਨਹੀਂ ਹੋਣਾ ਜੋ ਵੀ ਤੁਹਾਡਾ ਸਿਲੇਬਸ ਹੈ ਉਸ ਦੇ ਅਕੋਰਡਿੰਗ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਜਿਨ੍ਹਾਂ ਨੇ ਤਿਆਰੀ ਸ਼ੁਰੂ ਦਿੱਤੀ ਹੈ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਏ ਕਿ ਜਦੋਂ ਅਫੀਸ਼ੀਅਲ ਡੇਟ ਆ ਗਈ ਉਦੋਂ ਤੁਹਾਨੂੰ ਰਿਵੀਜ਼ਨ ਕਰਨ ਦਾ ਟਾਈਮ ਵੀ ਨਹੀਂ ਮਿਲਣਾ ਠੀਕ ਹੈ ਸੋ ਆਪਣੀ ਤਿਆਰੀ ਜਾਰੀ ਰੱਖੋ ਤਿਆਰੀ ਨਾ ਛੱਡੋ ਪਲੇਲਿਸਟ ਵਿੱਚ ਬਣਾਈ ਹੋਈ ਹੈ ਇਸ ਦੇ ਵਿੱਚ ਜਾ ਕੇ ਤੁਸੀਂ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਅਤੇ ਮੈਂ ਹੋਰ ਵੀ ਅੱਗੇ ਵੀਡੀਓਜ਼ ਲੈ ਕੇ ਆਉਂਗਾ ਠੀਕ ਹੈ ਅੱਗੇ ਗੱਲ ਆਉਂਦੀ ਹੈ ਕਿ ਪੇਪਰ ਹੁਣ ਦੋ ਹੋਣਗੇ ਜਾਂ ਇੱਕ ਹੀ ਹੋਏਗਾ ਪੇਪਰ ਤੁਹਾਡੇ ਦੋ ਹੀ ਆਉਣੇ ਆ ਠੀਕ ਹੈ ਕਿਉਂਕਿ ਪੀ ਟ੍ਰਿਪਲ ਐਸ ਬੀ ਬੋਰਡ ਵੱਲੋਂ ਕੋਈ ਵੀ ਹੁਣ ਤੱਕ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਨਹੀਂ ਆਇਆ ਕਿ ਇੱਕ ਹੀ ਪੇਪਰ ਹੁਣ ਆਉਣਾ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਪੀਟਰੀ ਪਲਸ ਬੀ ਬੋਰਡ ਵੱਲੋਂ ਇੱਕ ਹੀ ਪੇਪਰ ਲਿਆ ਜਾਵੇਗਾ ਕਿਉਂਕਿ ਜੋ ਉਹਨਾਂ ਨੇ ਸ਼ਡਿਊਲ ਬਣਾਇਆ ਹੈ ਉਸ ਦੇ ਅਕੋਰਡਿੰਗ ਹੀ ਤੁਹਾਡੇ ਪੇਪਰ ਐ ਜਿਹੜੇ ਦੋਨੋਂ ਹੋਣਗੇ ਕਿਉਂਕਿ ਫਰਸਟ ਪੇਪਰ ਵਿੱਚ ਹੀ ਥੋੜੀ ਜੀ ਪ੍ਰੋਬਲਮ ਆਏਗੀ ਕਿਉਂਕਿ 22 ਤੋਂ 3 ਲੱਖ ਕੈਂਡੀਡੇਟਸ ਨੇ ਪੇਪਰ ਦੇਣਾ ਹੈ ਠੀਕ ਹੈ ਸੈਕੰਡ ਪੇਪਰ ਦੇ ਵਿੱਚ 11 ਤੋਂ 12 ਹਜ਼ਾਰ ਕੈਂਡੀਡੇਟਸ ਹੀ ਹੋਣਗੇ ਸੋ ਸੈਕੰਡ ਪੇਪਰ ਦੇ ਵਿੱਚ ਮੈਨੂੰ ਹੀ ਲੱਗਦਾ ਕੋਈ ਵੀ ਪ੍ਰੋਬਲਮ ਆਏਗੀ ਪੀਟਰੀ ਪਲਸ ਬੀ ਬੋਰਡ ਨੂੰ ਠੀਕ ਹੈ ਕਿਉਂਕਿ ਇੱਕ ਵੱਡੇ ਸੈਂਟਰ ਵਿੱਚ ਹੀ 11 ਤੋਂ 12000 ਕੈਂਡੀਡੇਟ ਦਾ ਪੇਪਰ ਹੋ ਸਕਦਾ ਹੈ ਸੋ ਪੇਪਰ ਦੋ ਹੀ ਹੋਣਗੇ ਜੋ ਮੇਰਾ 뷰 ਹੈ ਉਸ ਦੇ ਅਕੋਰਡਿੰਗ ਜੋ ਮੈਂ ਸਰਚ ਕੀਤੀ ਹੈ ਠੀਕ ਹੈ ਅੱਗੇ ਗੱਲ ਆਉਂਦੀ ਹੈ ਪੇਪਰ ਸ਼ਿਫਟਾਂ ਵਿੱਚ ਹੋਏਗਾ ਆਨਲਾਈਨ ਹੋਏਗਾ ਜਾਂ ਆਫਲਾਈਨ ਹੋਏਗਾ ਇੱਥੇ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਪੇਪਰ ਤੁਹਾਡਾ ਸ਼ਿਫਟਾਂ ਵਿੱਚ ਹੀ ਹੋਏਗਾ 100% ਠੀਕ ਹੈ ਤੇ ਪੇਪਰ ਤੁਹਾਡਾ ਕਾਫੀ ਦਿਨ ਵੀ ਚੱਲ ਸਕਦਾ ਹੈ ਇਹ ਪੇਪਰ ਠੀਕ ਹੈ ਤੇ ਸੈਂਟਰ ਆ ਜਿਹੜੇ ਉਹ ਪੂਰੇ ਪੰਜਾਬ ਵਿੱਚ ਬਣਨਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਾਫੀ ਸਾਰੇ ਕੈਂਡੀਡੇਟਸ ਨੇ ਪੇਪਰ ਫਿਲ ਕੀਤਾ ਹੈ ਅਤੇ ਪੇਪਰ ਦਾ ਸੈਂਟਰ ਤੁਹਾਡੇ ਨੇੜੇ ਹੀ ਹੋਏਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕੋਵਿਡ ਦੇ ਚੱਲਦੇ ਆਉਣ ਜਾਣ ਵਿੱਚ ਥੋੜਾ ਪ੍ਰੋਬਲਮ ਆ ਸਕਦੀ ਹੈ ਸੋ ਪੀਟੀਪਲੱਸਬੀ ਬੋਰਡ ਇਸ ਗੱਲ ਦਾ ਪੂਰਾ ਧਿਆਨ ਰੱਖੇਗਾ ਕਿ ਪੇਪਰ ਜਿਆਦਾ ਦੂਰ ਨਾ ਹੋਏ ਠੀਕ ਹੈ ਮੇਰੇ ਅਕੋਰਡਿੰਗ ਤੁਹਾਡਾ ਵੀ ਪੱਪ ਨੇੜੇ ਹੀ ਹੋਏਗਾ ਸੈਂਟਰ ਨੇੜੇ ਬਣਨਗੇ ਅਤੇ ਹੁਣ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਹਾਂ ਪੀਟੀਪਲੱਸਬੀ ਬੋਰਡ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਆਇਆ ਸੀ 168 ਪੋਸਟਾਂ ਦਾ ਜਿਸ ਦੇ ਵਿੱਚ ਐਕਸਾਈਜ਼ ਇੰਸਪੈਕਟਰ ਦੀਆਂ ਪੋਸਟਾਂ ਸਨ ਤੇ ਹੋਰ ਵੀ ਕਾਫੀ ਪੋਸਟਾਂ ਸਨ ਟੋਟਲ ਪੋਸਟਾਂ 168 ਸੀ ਜੋ ਇਹ ਨੋਟੀਫਿਕੇਸ਼ਨ ਦੀ ਪੀਡੀਐਫ ਹੈ ਉਸ ਦੇ ਵਿੱਚ 10 ਨੰਬਰ ਦੇ ਵਿੱਚ ਇਹਨਾਂ ਨੇ ਚੋਣ ਵਿਧੀ ਲਿਖੀ ਹੋਈ ਹੈ ਉਸ ਦਾ ਜਿਹੜਾ ਚੌਥਾ ਪੁਆਇੰਟ ਹੈ ਉਸ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਗੱਲ ਲਿਖੀ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਜੇਕਰ ਉਮੀਦਵਾਰਾਂ ਦੀ ਗਿਣਤੀ ਵੱਧਦੀ ਹੈ ਮਤਲਬ ਕਿ ਕਾਫੀ ਸਾਰੇ ਕੈਂਡੀਡੇਟਸ ਪੋਸਟਾਂ ਨੂੰ ਅਪਲਾਈ ਕਰਦੇ ਆਂ ਤਾਂ ਮਲਟੀਪਲ ਸ਼ਿਫਟਸ ਸ਼ਿਫਟਸ ਦੇ ਵਿੱਚ ਇਹ ਪੇਪਰ ਹੋਏਗਾ ਮਤਲਬ ਕਿ ਸ਼ਿਫਟਾਂ ਦੇ ਵਿੱਚ ਤੁਹਾਡਾ ਪੇਪਰ ਹੋਣਾ ਹੈ ਜੋ ਵੀ ਹੁਣ ਪੰਜਾਬ ਦੇ ਵਿੱਚ ਪੇਪਰ ਹੋਏਗਾ ਤੁਹਾਨੂੰ ਪਤਾ ਹੀ ਹੈ ਕੈਂਡੀਡੇਟਸ ਦੀ ਗਿਣਤੀ ਤਾਂ ਵੱਧ ਹੀ ਹੋਇਆ ਕਾਫੀ ਸਾਰੇ ਕੈਂਡੀਡੇਟਸ ਭਰਦੇ ਆ ਪੇਪਰਾਂ ਨੂੰ ਸੋ ਪੇਪਰ ਸ਼ਿਫਟਾਂ ਵਿੱਚ ਹੀ ਹੋਏਗਾ ਅਤੇ ਇੱਕ ਨਵੀਂ ਗੱਲ ਜੋ ਆਈ ਹੈ ਨੋਰਮਲਾਈਜੇਸ਼ਨ ਫਾਰਮੂਲਾ ਹੈ ਜੋ ਉਸ ਦੇ ਮਤਾਬਿਕ ਕੈਲਕੂਲੇਸ਼ਨ ਕੀਤੀ ਜਾਵੇਗੀ ਜੋ ਅਲੱਗ-ਅਲੱਗ ਪੇਪਰਾਂ ਵਿੱਚ ਜੋ ਅਲੱਗ-ਅਲੱਗ ਸ਼ਿਫਟਾਂ ਵਿੱਚ ਪੇਪਰ ਹੋਣਗੇ ਠੀਕ ਹੈ ਜਿਵੇਂ ਕਿ ਐਸਐਸਸੀ ਵੋਰਡ ਵਿੱਚ ਹੁੰਦਾ ਹੈ ਠੀਕ ਹੈ ਅਤੇ ਤੁਹਾਡਾ ਜਿਹੜਾ ਪੇਪਰ ਹੈ ਉਹ ਔਨਲਾਈਨ ਜਾਨੀ ਕਿ ਕੰਪਿਊਟਰ ਤੇ ਹੋਣ ਦੇ ਪੂਰੇ-ਪੂਰੇ ਚਾਂਸ ਹੈ ਮੇਰੇ ਅਕੋਰਡਿੰਗ ਹੁਣੇ ਪੇਪਰ ਤੁਹਾਡਾ ਕੰਪਿਊਟਰ ਤੇ ਹੋਏਗਾ ਠੀਕ ਹੈ ਅਤੇ ਪੰਜਾਬ ਦਾ ਜੋ ਵੀ ਪੇਪਰ ਹੋਣਾ ਹੈ ਹੁਣ ਸਾਰੇ ਪੇਪਰ ਕੰਪਿਊਟਰ ਤੇ ਹੋਣਗੇ ਜੋ ਮੈਂ ਆਪਣੀ ਸਰਚ ਕੀਤੀ ਹੈ ਉਸ ਦੇ ਅਕੋਰਡਿੰਗ ਠੀਕ ਹੈ ਅਤੇ ਜਿਹੜਾ ਨੋਰਮਲਾਈਜੇਸ਼ਨ ਫਾਰਮੂਲਾ ਹੈ ਉਸ ਦੇ ਅਕੋਰਡਿੰਗ ਕੈਲਕੂਲੇਸ਼ਨ ਕੀਤੀ ਜਾਵੇਗੀ ਨੰਬਰਾਂ ਦੀ ਕਿਉਂਕਿ ਕਿਸੇ ਸ਼ਿਫਟ ਵਿੱਚ ਕਿਸੇ ਕੈਂਡੀਡੇਟ ਨੂੰ ਪੇਪਰ ਔਖਾ ਲੱਗ ਸਕਦਾ ਹੈ ਕਿਸੇ ਨੂੰ ਔਖਾ ਲੱਗ ਸਕਦਾ ਉਹਨਾਂ ਲਈ ਇਹ ਫਾਰਮੂਲਾ ਬਣਾਇਆ ਗਿਆ ਹੈ ਇਸ ਨੂੰ ਪੂਰਾ ਮੈਂ ਐਕਸਪਲੇਨ ਕਰ ਦੂੰਗਾ ਇੱਕ ਸਪੈਸ਼ਲ ਵੀਡੀਓ ਚਾਹੀਦੇ ਇਸ ਦੇ ਵਿੱਚ ਇਸ ਨੂੰ ਐਕਸਪਲੇਨ ਕਰਨ ਲਈ ਨਾਰਮਲਾਈਜੇਸ਼ਨ ਦਾ ਜੋ ਫਾਰਮੂਲਾ ਹੁੰਦਾ ਹੈ ਠੀਕ ਹੈ ਤੇ ਪਟਵਾਰੀ ਦੇ ਪੇਪਰ ਵਿੱਚ ਵੀ ਇਹ ਅਪਲਾਈ ਹੋਏਗਾ 100% ਹੋਏਗਾ ਇਹ ਠੀਕ ਹੈ ਤੇ ਪੀਪਰ ਤੁਹਾਡਾ ਕੰਪਿਊਟਰ ਤੇ ਹੋਏਗਾ ਤੇ ਹੁਣ ਸਭ ਤੋਂ ਵੱਡਾ ਕੁਐਸਚਨ ਆਉਂਦਾ ਹੈ ਕਿ ਪੀਪਰ ਦੀ ਜਿਹੜੀ ਡੇਟ ਹੈ ਉਹ ਕਦੋਂ ਹੋਏਗੀ ਪੀਪਰ ਤੁਹਾਡਾ ਕਦੋਂ ਹੋ ਸਕਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਐ ਉਹਨਾਂ ਨੇ ਵਾਅਦਾ ਕੀਤਾ ਸੀ ਕਿ 15 ਅਗਸਤ ਨੂੰ ਨਿਯੁਕਤੀ ਪੱਤਰ ਵੰਡਣਗੇ ਬਖ ਬਖ ਪੋਸਟਾਂ ਲਈ ਠੀਕ ਹੈ ਸੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਵੱਡੀ ਭਰਤੀ ਹੁਣ ਤੱਕ ਨਹੀਂ ਹੋਈ ਪਟਵਾਰੀ ਦੀ ਇੱਕ ਵੱਡੀ ਭਰਤੀ ਹੈ ਜੋ ਜਿਸ ਦਾ ਪ੍ਰੋਸੈਸ ਵੀ ਹੁਣ ਤੱਕ ਪੂਰਾ ਨਹੀਂ ਹੋਇਆ ਅਤੇ ਪੀਟਰੀਪਲੱਸਬੀ ਬੋਰਡ ਵੱਲੋਂ ਕਾਫੀ ਸਾਰੇ ਨੋਟੀਫਿਕੇਸ਼ਨ ਆ ਜੋ ਕੱਢੇ ਜਾ ਰਹੇ ਆ ਠੀਕ ਹੈ ਤੁਹਾਨੂੰ ਪਤਾ ਹੀ ਹੈ ਅਤੇ ਪਟਵਾਰੀ ਦੀ ਭਰਤੀ ਹੈ ਜਿਹੜੀ ਉਸ ਦੇ ਵਿੱਚ ਕਾਫੀ ਪੋਸਟਾਂ ਹੈ ਠੀਕ ਹੈ ਸੋ ਪੀਟਰੀਪਲੱਸਬੀ ਬੋਰਡ ਵੀ ਇਹ ਚਾਹੇਗਾ ਕਿ ਪਟਵਾਰੀ ਦੀ ਭਰਤੀ ਹੈ ਜਿਹੜੀ ਉਹ ਛੇਤੀ ਤੋਂ ਛੇਤੀ ਕੰਪਲੀਟ ਕੀਤੀ ਜਾਵੇ ਠੀਕ ਹੈ ਤੇ ਬਾਕੀ ਹੋਰ ਪੋਸਟਾਂ ਬਾਰੇ ਵੀ ਉਹਨਾਂ ਨੇ ਦੇਖਣਾ ਹੈ ਉਹਨਾਂ ਦੇ ਪੇਪਰ ਵੀ ਲੈਣੇ ਆ ਠੀਕ ਹੈ ਪਟਵਾਰੀ ਦਾ ਨੋਟੀਫਿਕੇਸ਼ਨ ਵੀ ਕਾਫੀ ਸਮਾਂ ਪਹਿਲਾਂ ਦਾ ਆਇਆ ਹੋਇਆ ਹੈ ਬਸ ਪੇਪਰ ਹੀ ਹੋਣਾ ਹੈ ਠੀਕ ਹੈ ਸੋ ਪੀਟਰੀਪਲਸ ਵੀ ਬੋਰਡ ਇਹ ਚਾਹੇਗਾ ਕਿ ਪ੍ਰੋਸੈਸ ਇਹ ਛੇਤੀ ਕੀਤਾ ਜਾਵੇ ਅਤੇ ਦੂਜੀ ਗੱਲ ਹੁੰਦੀ ਹੈ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਵਿਡ ਦੀ ਜਿਹੜੀ ਸਿਚੁਏਸ਼ਨ ਆ ਉਹ ਨੋਰਮਲ ਹੋਣ ਲੱਗ ਜੇਗੀ ਉਦੋਂ ਤੁਹਾਡਾ ਇਹ ਪੇਪਰ ਹੋ ਜਾਣਾ ਹੈ ਅਤੇ ਮੈਂ ਜੋ ਸਰਚ ਕੀਤੀ ਹੈ ਉਸ ਦੇ ਅਕੋਰਡਿੰਗ ਤੁਹਾਡਾ ਇਹ ਪੇਪਰ ਜੂਨ ਦੇ ਲਾਸਟ ਵੀਕ ਜਾ ਜੁਲਾਈ ਦੇ ਸਟਾਰਟਿੰਗ ਵਿੱਚ ਇਹ ਪੇਪਰ ਹੋ ਸਕਦਾ ਹੈ ਤੇ ਸ਼ਿਫਟਾਂ ਵਿੱਚ ਇਹ ਪੇਪਰ ਹੋਏਗਾ ਪੂਰਾ 90% ਚਾਂਸ ਹੈ ਕਿ ਪੇਪਰ ਇਹ ਤੁਹਾਡਾ ਜੂਨ ਦੇ ਲਾਸਟ ਜਾਂ ਜੁਲਾਈ ਦੇ ਸਟਾਰਟਿੰਗ ਵਿੱਚ ਹੋ ਜੇ ਅਤੇ 15 ਅਗਸਤ ਨੂੰ ਕੈਪਟਨ ਸਾਹਿਬ ਤੁਹਾਨੂੰ ਨਿਯੁਕਤੀ ਪੱਤਰ ਪਟਵਾਰੀ ਦੇ ਦੇਣ ਪੂਰੇ ਪੂਰੇ ਇਹ ਚਾਂਸ ਹੈ ਠੀਕ ਹੈ ਤੇ ਬਾਕੀ ਹੋਰ ਵੀ ਭਾਰਤੀਆਂ ਦੇ ਪੇਪਰ ਆ ਜਿਹੜੇ ਉਹ ਹੋ ਜਾਣੇ ਆ ਤੁਸੀਂ ਆਪਣੀ ਤਿਆਰੀ ਜਾਰੀ ਰੱਖੋ ਕੋਈ ਵੀ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਜਰੂਰਤ ਨਹੀਂ ਕਿ ਪੇਪਰ ਕਦੋਂ ਹੋਏਗਾ ਤੁਸੀਂ ਸਿਰਫ ਸਟੱਡੀ ਤੇ ਧਿਆਨ ਦਿਓ ਠੀਕ ਆ ਬਾਕੀ ਤੁਸੀਂ ਜੋ ਵੀ ਤੁਹਾਡਾ ਡਾਊਟ ਹੈ ਉਹ ਤੁਸੀਂ ਪੁੱਛ ਲਓ ਕਮੈਂਟ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਦੇ ਵਿੱਚ ਧੰਨਵਾਦ